ਲੇਟੈਸਟ ਨਿਊਜ਼ ਹਰ ਹਫਤੇ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਸਿਰ ਉਤਬਾਓ ਸਤਿਅਕਾਲ ਜੀ ਸਿਟੀ ਲਾਈਵ ਵੱਲੋਂ ਅੱਜ ਤੁਹਾਨੂੰ ਜਿਨ੍ਹਾਂ ਦੇ ਰੂਬਰੂ ਕਰਵਾਣ ਜਾ ਰਹੇ ਹਾਂ ਉਹਨਾਂ ਦੇ ਬਾਰੇ ਦੱਸਣ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਾਡੀ ਸਿਟੀ ਲਾਈਵ ਟੀਮ ਜਿਹੜੀ ਉਹਨਾਂ ਦਾ ਧੰਨਵਾਦ ਕਰਦੀ ਹੈ ਕਿਉਂਕਿ ਸਿਟੀ ਲਾਈਵ ਟੀਮ ਦੀ ਹੁਣ ਤੱਕ ਜੋ ਵੀ ਕਿਸਾਨ ਜਥੇਬੰਦੀਆਂ ਦੇ ਇਸ ਅੰਦੋਲਨ ਦੇ ਪ੍ਰਤੀ ਜੋ ਵੀ ਸਾਡੀਆਂ ਨਿਊਜ਼ ਚੱਲੀਆਂ ਨੇ ਉਹਨਾਂ ਸਾਰਿਆਂ ਨੂੰ ਇੱਕ ਇੱਕ ਕਰਕੇ ਦੇਖਦੇ ਰਹੇ ਨੇ ਔਰ ਹਰ ਵੀਡੀਓ ਨੂੰ ਦੇਖ ਕੇ ਸਪੈਸ਼ਲ ਕਾਲ ਕਰਕੇ ਦੱਸਦੇ ਸੀ ਕਿ ਮੈਡਮ ਜੀ ਇਸ ਵੀਡੀਓ ਦੇ ਵਿੱਚ ਤੁਸੀਂ ਇਹ ਮੁੱਦਾ ਬਹੁਤ ਵਧੀਆ ਚੁੱਕਿਆ ਤੇ ਇੱਥੇ ਜੇ ਇੱਕ ਹੋਰ ਇਹ ਸਵਾਲ ਵੀ ਪੁੱਛ ਲੈਂਦੇ ਤਾਂ ਹੋਰ ਵੀ ਜ਼ਿਆਦਾ ਇਹ ਵੀਡੀਓ ਵਧੀਆ ਲੱਗਣੀ ਸੀ ਔਰ ਕੱਲ ਸ਼ਾਮੀ ਇਹਨਾਂ ਨੇ ਸਪੈਸ਼ਲ ਕਾਲ ਕਰਕੇ ਬੁਲਾਇਆ ਕਿ ਇਸ ਮੁੱਦੇ ਦੇ ਉੱਤੇ ਖੁਦ ਗੱਲ ਕਰਨਾ ਚਾਹੁੰਦੇ ਨੇ ਔਰ ਕਿਤੇ ਨਾ ਕਿਤੇ ਜਾ ਕੇ ਨਾਬਾ ਹਲਕੇ ਦੀ ਜਿਹੜੀ ਪਬਲਿਕ ਹੈ ਜਿਹੜੀ ਕਿਸਾਨ ਵੀ ਸਾਡੇ ਦਿੱਲੀ ਪਹੁੰਚੇ ਹੋਏ ਨੇ ਉਹਨਾਂ ਦੇ ਲਈ ਕੁਝ ਅਨਾਉਂਸ ਕਰਨਾ ਚਾਹੁੰਦੇ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਐਡਵੋਕੇਟ ਅਮਨਦੀਪ ਖੈਰਾਜੀ ਦੇ ਨਾਲ ਸਭ ਤੋਂ ਪਹਿਲਾਂ ਤਾਂ ਸਿਟੀ ਲਾਈਵ ਕਰਨੇ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਿਟੀ ਲਾਈਵ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਮੈਂ ਅਮਨਦੀਪ ਖੈਰਾ ਐਡਵੋਕੇਟ ਡਿਸਟ੍ਰਿਕਟ ਕੋਰ ਪਟਿਆਲਾ ਪ੍ਰੈਕਟਿਸ ਕਰਦਾ ਪਿੰਡ ਲਾਹੌਰਾ ਤੋਂ ਮੈਂ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਸਾਡੇ ਵਕੀਲ ਭਾਈ ਚਾਰਾ ਪਟਿਆਲੇ ਤੋਂ ਪੂਰਾ ਸਮਰਥਨ ਹੈ ਕਿਸਾਨਾਂ ਨੂੰ ਜਾ ਕੇ ਵੀ ਆਏ ਨੇ ਸਾਡੇ ਵਕੀਲ ਪਾਇਚਾਰਾ ਬਹੁਤ ਪਹੁੰਚੇ ਵੀ ਨੇ ਦਿੱਲੀ ਤੇ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਨਾਬੇ ਏਰੀਏ ਦੇ ਜਾਂ ਪਟਿਆਲ ਏਰੀਏ ਦੇ ਕਿਸੇ ਵੀ ਕਿਸਾਨ ਵੀਰ ਨਾਲ ਕੋਈ ਧੱਕਾ ਹੁੰਦਾ ਕੋਈ ਅਤਿਆਚਾਰ ਸਰਕਾਰ ਵੱਲੋਂ ਤਸ਼ੱਦਦ ਕੀਤੀ ਕੋਈ ਪਰਚੇ ਦਰਜ ਕੀਤੇ ਮੈਂ ਤੁਹਾਡਾ ਵੀਰ ਬੈਠਾ ਹਾਂ ਤੁਸੀਂ ਮੈਨੂੰ ਕੰਟੈਕਟ ਕਰਿਓ ਆਪਾਂ ਬਿਨਾ ਕਿਸੇ ਕੋਸਟ ਤੋਂ ਫ੍ਰੀ ਦੇ ਵਿੱਚ ਤੁਹਾਡੇ ਕੇਸ ਝਗੜਨ ਲਈ ਤਿਆਰ ਹਾਂ ਦੇਖਣ ਵਾਲੀ ਗੱਲ ਇਹ ਹੈ ਜਿੱਥੇ ਅੱਜ ਕਿਸਾਨ ਜਿੱਥੇ ਬੰਦੀਆਂ ਉਹ ਸਾਡੇ ਨੌਜਵਾਨ ਜਿਣੇ ਆ ਉਹਨਾਂ ਨੇ ਇੱਕ ਅੰਦੋਲਨ ਜਿਹੜਾ ਉਹ ਲਿਆਂਦਾ ਹੋਇਆ ਆ ਔਰ ਕਿਤਨਾ ਕਿਤੇ ਜਾ ਕੇ ਆਉਣ ਵਾਲੇ ਸਮੇਤ ਦੇ ਵਿੱਚ ਅਮਨਦੀਪ ਜੀ ਇਹ ਆਸ਼ਾ ਆਇਆ ਕਿ ਆਪਾਂ ਇਹ ਜਿਹੜੀ جنگ ਹੈ ਜਿੱਤ ਜਾਵਾਂਗੇ ਪਰ ਬਹੁਤ ਹੀ ਵਧੀਆ ਲੱਗਦਾ ਆ ਜਦੋਂ ਕਾਨੂੰਨ ਖੁਦ ਕਿਸਾਨ ਵੀਰਾਂ ਦੇ ਨਾਲ ਖੜਾ ਹੋਵੇ ਤੇ ਜੇਕਰ ਅਮਨ ਜੀ ਆਪਾਂ ਅੱਜ ਗੱਲ ਕਰੀਏ ਕਿਉਂਕਿ ਤੁਸੀਂ ਕਾਨੂੰਨ ਦਾ ਕੋਟ ਪਾਇਆ ਹੋਇਆ ਤੇ ਹੁਣ ਦਾ ਜੋ ਲੇਟੈਸਟ ਦੌਰ ਚੱਲ ਰਿਹਾ ਕਿਸਾਨ ਵੀਰਾਂ ਦਾ ਸਾਡੇ ਜਿਹੜੇ ਕਿਸਾਨ ਵੀਰਾਂ ਪਹਿਲੇ ਤੇ ਇਹ ਅਸੀਂ ਚਾਹਾਂਗੇ ਸਾਡੇ ਦਰਸ਼ਕ ਵੀ ਇਹ ਚਾਹਣਗੇ ਤੁਸੀਂ ਇਹ ਦੱਸੋ ਕਿ ਤੁਹਾਡੀ ਆਪਣੀ ਕਿੰਨੀ ਜ਼ਮੀਨ ਹੈ ਮੈਂ ਖੁਦ ਕਿਸਾਨ ਆ ਜੀ ਮੈਂ ਕਿਸਾਨ ਦਾ ਪੁੱਤਰ ਆ ਪੰਜ 6 ਕਿੱਲੇ ਜ਼ਮੀਨ ਵਾਲੇ ਕਿਸਾਨ ਆਮ ਹੁੰਦੇ ਜਿੱਦਾਂ ਮਤਲਬ ਲੋਕਲ ਆਪਾਂ ਮੈਂ ਵੀ ਕਿਸਾਨ ਆ ਤਾਂ ਹੀ ਕਰਕੇ ਦਰਦ ਹੁੰਦਾ ਇੱਕ ਅੰਦਰੋਂ ਦਰਦ ਉੱਠਦਾ ਠੀਕ ਹੈ ਵਕੀਲ ਬਣੇ ਆ ਬਾਅਦ ਚ ਬਣੇ ਆ ਪਰ ਪਹਿਲਾਂ ਤਾਂ ਕਿਸਾਨ ਸੀ ਅਸੀਂ ਅੱਜ ਵੀ ਕਿਸਾਨ ਕਿਸਾਨੀ ਕਰਦੇ ਤਾਂ ਇਹ ਦੁੱਖ ਲੱਗਦਾ ਸਾਨੂੰ ਇਹ ਚੀਜ਼ਾਂ ਦੇਖ ਕੇ ਪਰ ਸਰਕਾਰਾਂ ਦਾ ਰਵਈਆ ਬਹੁਤ ਚੰਗਾ ਨਹੀਂ ਹੈ ਕਿਸਾਨੀ ਵਾਲੇ ਕਿਸਾਨੀ ਕੀ ਪੂਰੇ ਪੰਜਾਬ ਵਾਲੀ ਨਹੀਂ ਚੰਗਾ ਹੈ ਤਾਂ ਹੁਣ ਕਿਸਾਨ ਉੱਥੇ ਬੈਠੇ ਕਿੰਨੀ ਠੰਡ ਚ ਬੈਠੇ ਆ ਦੇਖੋ ਸਰਕਾਰ ਨੂੰ ਸੋਚਣਾ ਚਾਹੀਦਾ ਸਰਕਾਰ ਕੀਦੀ ਹੈ ਕਿਸਾਨਾਂ ਨਹੀਂ ਬਣਾਈ ਹੈ ਲੋਕਾਂ ਨੇ ਬਣਾਈ ਹੈ ਲੋਕਾਂ ਲਈ ਨਹੀਂ ਸੋਚ ਰਹੀ ਹੈ ਤਾਂ ਥੋੜਾ ਜਆ ਮੋਦੀ ਸਾਹਿਬ ਨੂੰ ਵੀ ਸੋਚਣੀ ਚਾਹੀਦੀ ਹੈ ਇਹ ਚੀਜ਼ਾਂ ਕਿ ਇੰਨਾ ਮੌਸਮ ਦੇਖੋ ਠੰਡਾ ਚੱਲ ਰਿਹਾ ਹੈ ਬਿਚਾਰਿਆਂ ਨੂੰ ਕੋਈ ਫੈਸਿਲਿਟੀਆਂ ਨਹੀਂ ਸਰਕਾਰ ਉਹ ਗੱਲ ਵੱਖਰੀ ਹੈ ਵੀ ਚਲੋ ਵਾਇਗਰੂ ਨੇ ਆਪਣੇ ਆਪ ਸਾਰਾ ਕੁਝ ਉੱਥੇ ਲੰਗਰ ਵੀ ਚੱਲ ਰਿਹਾ ਸਾਰਾ ਕੁਝ ਚੱਲ ਰਿਹਾ ਪਰ ਸਰਕਾਰ ਨੇ ਤਾਂ ਨਹੀਂ ਕੋਈ ਸੋਚਿਆ ਸਰਕਾਰ ਨੂੰ ਕਿਉਂ ਬਣਾਇਆ ਲੋਕਾਂ ਨੇ ਜੀ ਕਿ ਸਾਡੇ ਹੱਕਾਂ ਲਈ ਕੁਝ ਕਰੇ ਸਾਡੇ ਫਾਇਦੇ ਹੋਣ ਕੱਲ ਨੂੰ ਪਰ ਸਰਕਾਰ ਹੀ ਨੁਕਸਾਨ ਕਰ ਰਹੀ ਹੈ ਹੁਣ ਜੀ ਤੁਸੀਂ ਆਪਾਂ ਅਮਨ ਜੀ ਪਹਿਲਾਂ ਕਾਨੂੰਨ ਔਰ ਜਿਹੜਾ ਕਿਸਾਨੀ ਬਿੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਲਾਗੂ ਕਰਿਆ ਉਸ ਦੇ ਬਾਰੇ ਗੱਲ ਕਰਦੇ ਆ ਤੁਸੀਂ ਕਾਨੂੰਨ ਦੀ ਪੜਾਈ ਪੜੀ ਹੋਈ ਆ ਔਰ ਕਿਤੇ ਨਾ ਕਿਤੇ ਜਾ ਕੇ ਅੱਜ ਤੁਸੀਂ ਲੋਕਾਂ ਦੀ ਸੇਵਾ ਵੀ ਕਰ ਰਹੇ ਹੋ ਪਰ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਸਾਨਾਂ ਦੇ ਲਈ ਬਿੱਲ ਜਾਰੀ ਕੀਤਾ ਆ ਤੁਹਾਡੇ ਕਾਨੂੰਨ ਦੀ ਨਜ਼ਰ ਦੇ ਵਿੱਚ ਬਿੱਲ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਨੇ ਜਿਹੜੀਆਂ ਕਿਸਾਨ ਮਾਰੂਆਂ ਸਾਰੀਆਂ ਗੱਲਾਂ ਕਿਸਾਨ ਮਾਰੂਆਂ ਜੀ ਉਹਦੇ 'ਚ ਜੇ ਤੁਸੀਂ ਪੜੋ ਮੈਂ ਦਿਖਾ ਇੱਕ ਬਿੱਲ ਨੂੰ ਸਭ ਤੋਂ ਪਹਿਲਾਂ ਤਾਂ ਦੇਖੋ ਮੋਦੀ ਜੀ ਜਾਂ ਸਰਕਾਰ ਨੇ ਬਣਾਇਆ ਉਹਨਾਂ ਨੂੰ ਇਹ ਕੀ ਡਰ ਹੈ ਕਿ ਕਿਸਾਨ ਇੱਕ ਜੁਡੀਸ਼ਰੀ 'ਚ ਕਿਉਂ ਨਹੀਂ ਅਪਰੋਚ ਕਰ ਸਕਦਾ ਜੀ ਉਹ ਕਹਿ ਰਹੇ ਆ ਜੀ ਏਡੀਸੀ ਤੱਕ ਅਪਰੋਚ ਕਰੋ ਏਡੀਸੀ ਕੀ ਇਨਸਾਫ ਕਰੇਗਾ ਕੱਲ ਨੂੰ ਆਪਾਂ ਨੂੰ ਸਿਸਟਮ ਪਤਾ ਹੈ ਆਪਣਾ ਕੋਈ ਐਮਐਲਏ ਨੇ ਫੋਨ ਕਰਤਾ ਤਾਂ ਏਡੀਸੀ ਕਿਸੇ ਦੇ ਖਿਲਾਫ ਨਹੀਂ ਕਿਸਾਨ ਦੇ ਜਾ ਸਕਦਾ ਨੰਬਰ 2 ਹੁਣ ਕਿਸਾਨ ਕੋਈ ਪੰਚਾਰ ਗਿੱਲੇ ਵਾਲਾ ਇੱਥੇ ਐ ਉਹ ਤੁਹਾਨੂੰ ਬੰਬੇ ਜਾ ਕੇ ਮੇਰੀ ਕੰਪਨੀ ਨੂੰ ਕੰਪਨੀ ਦਾ ਮਾਲਕ ਹੀ ਨਹੀਂ ਪਤਾ ਲੱਗਣਾ ਪਹਿਲਾਂ ਤੁਹਾਨੂੰ ਕੌਣ ਹੈ ਜੀ ਫਿਰ ਕੋਈ ਮਿਨਿਮਮ ਕੋਸਟ ਤਾਂ ਰੱਖਣਾ ਬਹੁਤ ਚੀਜ਼ਾਂ ਨੇ ਸਾਰੀਆਂ ਹੀ ਕਿਸਾਨ ਇਹ ਕਹਿੰਦੇ ਆ ਕਿ ਕਿਸਾਨ ਹਤੈਸੀ ਨੇ ਪਰ ਮੈਂ ਨਹੀਂ ਇਹ ਮੰਨਦਾ ਕਿਸਾਨ ਤੋਂ ਸਾਰੀ ਨੈਗੇਟਿਵ ਨੇ ਕਿਸਾਨ ਲਈ ਕੋਈ ਵੀ ਉਹਦੇ ਹੱਕ ਦੀ ਨਹੀਂ ਹੈ ਚੀਜ਼ ਇਹਦੇ ਬਾਰੇ ਸੋਚਣਾ ਚਾਹੀਦਾ ਸਰਕਾਰਾਂ ਨੂੰ ਪਰ ਪਤਾ ਨਹੀਂ ਕੀ ਉਹਨਾਂ ਦੇ ਹੁਣ ਮਨ 'ਚ ਚੱਲਦਾ ਕੀ ਸੋਚਦੇ ਆ ਨਹੀਂ ਸੋਚਦੇ ਆ ਬਿਲਕੁਲ ਤੁਸੀਂ ਜਿਵੇਂ ਹੁਣ ਇੱਥੇ ਆਪਣੇ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਐਮਐਲਏ ਤੱਕ ਪਹੁੰਚ ਕਰਨ ਦੀ ਗੱਲ ਹੈ ਅੱਜ ਚਲੋ ਆਪਾਂ ਸੈਂਟਰ 'ਚ ਦੇਖੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬੈਠੇ ਨੇ ਕੱਲ ਸੈਂਟਰ ਦੇ ਵਿੱਚ ਕਾਂਗਰਸੀ ਵੀ ਬੈਠ ਸਕਦੇ ਨੇ ਔਰ ਇਹ ਹੀ ਬਿੱਲ ਜੇਕਰ ਲਾਗੂ ਹੋ ਗਿਆ ਤੇ ਐਗਰੀਮੈਂਟ ਜਿਹੜੇ ਨੇ 10 10 15 15 ਸਾਲ ਦੇ ਹੋਣਗੇ ਜਿਹੜਾ ਨੁਕਸਾਨ ਹੋਣਾ ਕਿਸਾਨ ਨੂੰ ਹੋਣਾ ਉਹ ਸੈਂਟਰ ਦੇ ਵਿੱਚ ਜਦੋਂ ਸਰਕਾਰ ਹੋਣੀ ਆ ਉਹ ਦੋਨੇ ਪੱਲਾ ਛਾੜ ਦੇਣਾ ਬਿਲਕੁਲ ਦੇਖੋ ਕੋਈ ਵੀ ਜਦੋਂ ਕੁਰਸੀ ਤੇ ਬੈਠੂਗਾ ਅੱਜ ਇੱਕ ਕਾਨੂੰਨ ਬਣ ਗਏ ਉਹ ਉਹਨਾਂ ਨੂੰ ਫੋਲੋ ਕਰੂਗਾ ਜੀ ਜਦੋਂ ਇੰਨਾ ਵੱਡਾ ਜੇ ਸੰਘਰਸ਼ ਹੋਣ ਤੋਂ ਬਾਅਦ ਨਹੀਂ ਆਪਾਂ ਬਿੱਲ ਮੜਵਾ ਸਕੀ ਟੁੱਟ ਸਕੀ ਤਾਂ ਕੱਲ ਨੂੰ ਕੋਈ ਇੱਕ ਬੰਦੇ ਨੇ ਕੀ ਲੈਣਾ ਹਰ ਕੋਈ ਆਪਣਾ ਕੁਰਸੀ ਤੇ ਬੈਠਾ ਹੋ ਜਿਹੜਾ ਉਹ ਕਹੂਗਾ ਕਿ ਮੈਂ ਜਿਵੇਂ ਹੈਗਾ ਚਲਦੇ ਪਾਣੀ ਨਾਲ ਮੈਂ ਵੀ ਚਲਦਾ ਜੀ ਜੇ ਹੁਣ ਕਿਸਾਨਾਂ ਦੇ ਫਾਇਦੇ ਲਈ ਅੱਜ ਕੁਝ ਹੋ ਜੂਗਾ ਤਾਂ ਹੋ ਜੂਗਾ ਮੈਨੂੰ ਨਹੀਂ ਲੱਗਦਾ ਜੀ ਅੱਜ ਆਪਾਂ ਨੇ ਤੋਂ ਇਹ ਜਿੱਤਿਆ ਨਾ ਗਿਆ ਮੋਰਚਾ ਅੱਗੇ ਜਾ ਕੇ ਕੁਝ ਬਣ ਸਕੂ ਬਿਲਕੁਲ ਤੇ ਐਡਵੋਕੇਟ ਸਾਹਿਬ ਤੁਹਾਡੀ ਵੀ ਜਾਣਕਾਰੀ ਵਿੱਚ ਹੋਈਗਾ ਕਿ ਕਿ ਤੁਸੀਂ ਆਲਮੋਸਟ ਜਿੰਨੇ ਵੀ ਐਡਵੋਕੇਟ ਹੋ ਵੈਲ ਲੋਕਾਂ ਨਾਲੋਂ ਜ਼ਿਆਦਾ ਵਧੀਆ ਸੋਚ ਰੱਖਦੇ ਹੋ ਹੈਨਾ ਕਹਿੰਦੇ ਨੇ ਹੁਣ ਦੀ ਜਿਹੜੀ ਲੇਟੈਸਟ ਨਿਊਜ਼ ਹੈਗੀ ਆ ਉਹ ਚੱਲ ਰਹੀ ਹੈ ਕਿ ਕਿਸਾਨ ਜਥੇਬੰਦੀਆਂ ਨੇ ਕਾਨੂੰਨ ਦਾ ਦਰਵਾਜਾ ਖੜਕੜਾਇਆ ਜੀ ਸੁਪਰੀਮ ਕੋਰਟ ਚਲੇ ਗਏ ਨੇ ਤੁਹਾਨੂੰ ਕੀ ਲੱਗਦਾ ਹੈ ਵੀ ਉਹਨਾਂ ਦਾ ਸੁਪਰੀਮ ਕੋਰਟ ਜਿਹੜਾ ਜਾਣ ਦਾ ਫੈਸਲਾ ਆਇਆ ਸਹੀ ਹੈ ਜਾਂ ਗਲਤ ਦੇਖੋ ਕਿਸਾਨ ਜੋ ਸੇ ਬੰਦੀਆਂ ਦੇ ਮੋਢੀ ਨੇ ਉਹ ਸਮਝਦਾਰ ਨੇ ਸਾਰੇ ਉਹ ਉਹਨਾਂ ਦਾ ਨਿਰਣੇ ਹੈ ਠੀਕ ਹੈ ਜੋ ਹੋਇਆ ਉਹਨਾਂ ਨੇ ਕੋਈ ਸੋਚ ਕੇ ਕੀਤਾ ਹੋਣਾ ਹੈ ਆਪਾਂ ਉਹਦੇ ਲਈ ਕੋਈ ਕਮੈਂਟ ਨਾ ਕਰੀਏ ਨਹੀਂ ਪਰ ਉਹਨੇ ਇੱਥੇ ਤੁਸੀਂ ਕਿਉਂਕਿ ਕਿ ਕਿਸਾਨ ਵੀ ਹੋਵੇ ਤੇ ਵਕੀਲ ਵੀ ਹੋ ਕਮੈਂਟ ਦੀ ਗੱਲ ਨਹੀਂ ਹੈਗੀ ਕਿਉਂਕਿ ਉਹ ਸਵਾਲ ਨੇ ਜਿਹੜੇ ਸਾਡੇ ਦਿਮਾਗਾਂ ਵਿੱਚ ਵੀ ਉੜਦੇ ਨੇ ਆਪਾਂ ਕੁਝ ਦਿਨ ਪਹਿਲਾਂ ਹਲੇ 3 ਜਾਂ 4 ਦਿਨ ਹੀ ਹੋਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸੰਸਦ ਭਵਨ ਦਾ ਭੂਮੀ ਪੂਜਨ ਕੀਤਾ ਜਦੋਂ ਕਿ ਉਸ ਸੰਸਦ ਭਵਨ ਦੇ ਉੱਤੇ ਰੋਗ ਲਗਾਈ ਹੋਈ ਹੈ ਸੁਪਰੀਮ ਕੋਰਟ ਨੇ ਫਿਰ ਵੀ ਉੱਥੇ ਦਾ ਭੂਮੀ ਪੂਜਨ ਹੋ ਗਿਆ ਤੇ ਮੰਨ ਲਓ ਕੱਲ ਨੂੰ ਸੁਪਰੀਮ ਕੋਰਟ ਤੋਂ ਕੋਈ ਵੀ ਆਰਡਰ ਆਂਦਾ ਆ ਤੇ ਉਹ ਭੂਮੀ ਪੂਜਣ ਵਾਲਾ ਕੰਮ ਹੋ ਗਿਆ ਫਿਰ ਆਪਾਂ ਕੀ ਕਰਾਂਗੇ ਕਿਉਂਕਿ ਇਸ ਵਕਤ ਤਾਂ ਹੁਣ ਅੰਦੋਲਨ ਜਿਹੜਾ ਸਾਡੇ ਸਿਖਰਾਂ ਦੇ ਉੱਤੇ ਆ ਜੀ ਜੀ ਦੇਖੋ ਐ ਤਾਂ ਜੁਡੀਸ਼ਰੀ ਤੇ ਸਾਨੂੰ ਵੀ ਭਰੋਸਾ ਹੈ ਦੁਨੀਆ ਨੂੰ ਵੀ ਭਰੋਸਾ ਹੈ ਤਾਂ ਹੀ ਕਿਸਾਨ ਕਹਿ ਰਹੇ ਨੇ ਕਿ ਜੁਡੀਸ਼ਰੀ ਨੂੰ ਇਨਕਲੂਡ ਕੀਤਾ ਜਾਵੇ ਇਹਨਾਂ ਬਿਲਾਂ ਦੇ ਵਿੱਚ ਹੈਨਾ ਕਿ ਜੇ ਜੁਡੀਸ਼ਰੀ ਇਨਕਲੂਡ ਹੁੰਦੀ ਸ਼ਾਇਦ ਇੱਥੋਂ ਤੱਕ ਨਾ ਕਿਉਂਕਿ ਭਰੋਸਾ ਜੀ ਜੁਡੀਸ਼ਰੀ ਤੇ ਮੈਨੂੰ ਨਹੀਂ ਲੱਗਦਾ ਕਿ ਸੁਪਰੀਮ ਕੋਰਟ ਕੋਈ ਇਨ ਖਿਲਾਫ ਫੈਸਲਾ ਦੇ ਵੀ ਕਿਉਂਕਿ ਸੁਪਰੀਮ ਕੋਰਟ ਦੇ ਜੱਜਸ ਬਹੁਤ ਪੜੇ ਲੈ ਕੇ ਸਮਝਦਾਰ ਨੇ ਉਹਨਾਂ ਨੂੰ ਪਤਾ ਹੈ ਕਿ ਸਹੀ ਹੋਣਾ ਚਾਹੀਦਾ ਕੀ ਨਹੀਂ ਬਾਕੀ ਉੱਥੇ ਵੀ ਸਾਡੇ ਕਿਸਾਨ ਹੀ ਤਕਰੀਬਨ ਪਹੁੰਚੇ ਹੋਏ ਨੇ ਸੁਪਰੀਮ ਕੋਰਟ ਤੱਕ ਵੀ ਜੱਜ ਬਣੇ ਨੇ ਉਹ ਵੀ ਇੱਕ ਕਿਸਾਨੀ ਚੋਂ ਨਿਕਲ ਕੇ ਬਹੁਤ ਤਰ੍ਹਾਂ ਦੇ ਲੋਕ ਗਏ ਨੇ ਨਹੀਂ ਬਿਲਕੁਲ ਬਾਕੀ ਇਹ ਤਾਂ ਹੁਣ ਦੇਖੋ ਜਥੇਬੰਦੀਆਂ ਦੇ ਆਗੂਆਂ ਨੇ ਜੋ ਫੈਸਲਾ ਲਿਆ ਮੈਂ ਸਮਝਦਾ ਕੋਈ ਸੋਚ ਕੇ ਲਿਆ ਹਾਂ ਅ ਜਿੱਥੇ ਬੰਦੀਆਂ ਦੇ ਆਗੂਆਂ ਨੂੰ ਆਫਰ ਸਰਕਾਰ ਕੰਨੀ ਆਇਆ ਸੀਗਾ ਕਿ ਆਪਾਂ ਬਿੱਲਾਂ ਦੇ ਵਿੱਚ ਸੋਧ ਕਰ ਦਿੰਨੇ ਆ ਪਰ ਉਹਨਾਂ ਨੇ ਇੱਕ ਟੁੱਕੋ ਕੇ ਜਵਾਬ ਦੇ ਦਿੱਤਾ ਨਹੀਂ ਇਸ ਬਿੱਲ ਨੂੰ ਵਾਪਸ ਲਿਆ ਜਾਵੇ ਤੁਹਾਨੂੰ ਇਹ ਫੈਸਲਾ ਕਿਦਾਂ ਲੱਗਿਆ ਸੋਧ ਤਾਂ ਮੈਂ ਮੈਂ ਇਦਾਂ ਦੇਖੋ ਕੋਈ ਵੀ ਕਾਨੂੰਨ ਬਣਦੇ ਨੇ ਕੁਝ ਸਾਲਾਂ ਬਾਅਦ ਉਹ ਚ ਨਾ ਐਮੈਂਡਮੈਂਟਸ ਹੋ ਜਾਂਦੀਆਂ ਜੀ ਕਿ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਸਰਕਾਰ ਕਹਿੰਦੀ ਹੈ ਕਿ ਇਹਦੇ ਵਿੱਚ ਐਮੈਂਡਮੈਂਟਸ ਹੋਣੇ ਚਾਹੀਦੀਆਂ ਜਿੱਦਾਂ ਹੋਰ ਵੀ ਆਪਣੇ ਲਾਅ ਹੁੰਦੇ ਨੇ ਹਣ ਜੇ ਅਮੈਂਡਮੈਂਟਸ ਮਤਲਬ ਕਿਉਂਕਿ ਸਾਡੇ ਕਿਸਾਨ ਵੀ ਜ਼ਿਆਦਾ ਸਾਰੀ ਮੈਂਡਮੈਂਟ ਕਿ ਸੋਧ ਸੋਧ ਹੋ ਜਾਂਦੇ ਆ ਕੁਝ ਨਵੀਆਂ ਚੀਜ਼ਾਂ ਪੈ ਜਾਂਦੀਆਂ ਨੇ ਹੁਣ ਜੇ ਵਾਪਸ ਨਹੀਂ ਹੁੰਦੇ ਜੇ ਅੱਜ ਇਹ ਕਹਿੰਦੇ ਅਸੀਂ ਬਕਸਾ ਖਾਲੀ ਕਰਕੇ ਤੁਹਾਨੂੰ ਦੇ ਦਿੰਨੇ ਆ ਹੁਣ ਸਰਕਾਰ ਦਾ ਇਹੀ ਰਵਈਆ ਕਿ ਬਕਸਾ ਖਾਲੀ ਕਰਵਾ ਲਓ ਵਿੱਚੋਂ ਚੀਜ਼ਾਂ ਕਢਵਾ ਲਓ ਸਾਡੇ ਤੋਂ ਪਰ ਜੇ ਅੱਜ ਬਕਸਾ ਖਾਲੀ ਕਰਾਂ ਕੱਲ ਨੂੰ ਕੋਈ ਵੀ ਉਹਦੇ ਚ ਇੱਕ ਦੋ ਚੀਜ਼ਾਂ ਬਹੁਤ ਛੇਤੀ ਸਖਾਲੇ ਪਤਾ ਲੱਗ ਗਿਆ ਵੀ ਇਕੱਠੀਆਂ ਨਾ ਪਾਓ ਇੱਕ ਇੱਕ ਕਰਕੇ ਪਾ ਦੇਣਗੇ ਕਿ ਠੀਕ ਹੈ ਇੱਕ ਇੱਕ ਮਾਰ ਪਾਊਗੀ ਤਾਂ ਕੋਈ ਉੱਠੂਗਾ ਨਹੀਂ ਤਾਂ ਇਹ ਵਾਪਸ ਹੋਣੇ ਹੀ ਚੰਗੇ ਨੇ ਹੋ ਜਾਣ ਤਾਂ ਕਿਸਾਨਾਂ ਦਾ ਫਾਇਦਾ ਹੈ ਜਾਂ ਕਿਸਾਨਾਂ ਦਾ ਕੀ ਪੂਰੇ ਪੰਜਾਬ ਦਾ ਲਾ ਲੋ ਜਾਂ ਸਮਾਜ ਦਾ ਸਾਰੇ ਦਾ ਫਾਇਦਾ ਕਿਉਂਕਿ ਕਿਸਾਨੀ ਤੇ ਦੇਖੋ ਤੁਸੀਂ ਸਾਰੇ ਕਿੰਨੇ ਵੀ ਕਾਰੋਬਾਰ ਨੇ ਗਾਇਕ ਵੀਰ ਨੇ ਹੋਰ ਜਿੰਨੇ ਵੀ ਨੇ ਸਾਰੇ ਕਿਸਾਨੀ ਤੋਂ ਚਲਦੀਆਂ ਚੀਜ਼ਾਂ ਜੇ ਹੁਣ ਕਿਸਾਨੀ ਉਹ ਡੁੱਬ ਗਈ ਤਾਂ ਫਿਰ ਮਾਰਕੀਟ ਪੂਰੀ ਤੁਹਾਨੂੰ ਪਤਾ ਹੀ ਹੈ ਬਹੁਤ ਨੀਚੇ ਆ ਜਾਨੀ। ਨੇਚਰਲ ਗੱਲ ਹੈ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਐਡਵੋਕੇਟ ਸਾਹਿਬ ਅਦਾਲਤ ਜਿਹੜੀ ਹੈ ਉਹ ਸਾਡੇ ਕਿਸਾਨ ਵੀਰਾਂ ਦੇ ਜ਼ਿਆਦਾ ਕੇਸਾਂ ਨਾਲ ਭਰੀ ਹੋਈ ਹੈ। ਬਿਲਕੁਲ ਜੀ ਬਿਲਕੁਲ ਕਿਸਾਨਾਂ ਦੇ ਹੀ ਮੈਟਰ ਬਹੁਤ ਜ਼ਿਆਦਾ ਜ਼ਿਆਦਾਤਰ ਦੇਖਿਆ ਜਾਵੇ 80 ਤੋਂ 70% ਤਾਂ ਮੈਨੂੰ ਲੱਗਦਾ ਵੀ ਕਿਸਾਨੀ ਨਾਲ ਜੁੜੇ ਹੋਏ ਲੋਕ ਨੇ ਜੋ ਕੇ ਅਦਾਲਤਾਂ ਚ ਆਉਂਦੇ ਨੇ ਹਾਈ ਕੋਰਟ ਸੁਪਰੀਮ ਕੋਰਟ ਸੈਸ਼ਨ ਦੇ ਵਿੱਚ ਆਉਂਦੇ ਨੇ। ਹੁਣ ਜਦੋਂ ਉਹਨਾਂ ਕੋਲੇ ਮਸਲੇ ਵੀ ਨਹੀਂ ਉਹਨਾਂ ਦੇ ਫਿਰ ਸੁਲਝਣ ਨੇ? ਜੀ ਜਦੋਂ ਆਪਣੇ ਕੋਲ ਆਮਦਨ ਹੀ ਨਹੀਂ ਤਾਂ ਆਪਣਾ ਮੱਸਾ ਕਿੱਦਾਂ ਸੁਲਝਾਵਾਂਗੇ? ਜੀ ਇਹ ਗੱਲ ਹੈ ਵੀ ਜੇ ਕਿਸਾਨੀ ਡੁੱਬ ਗਈ ਤਾਂ ਫਿਰ ਮੈਨੂੰ ਲੱਗਦਾ ਵੀ ਸਾਰਾ ਸਮਾਜ ਹੀ ਡੁੱਬ ਜਾਣਾ ਹੈ। ਤੇ ਅਮਨਦੀਪ ਜੀ ਤੁਸੀਂ ਖੁਦ ਹੁਣ ਤੱਕ ਦਿੱਲੀ ਕਿੰਨੀ ਵਾਰੀ ਜਾ ਕੇ ਆਏ ਹੋ ਕਿਸਾਨ ਅੰਦੋਲਨ ਦੇ ਵਿੱਚ? ਮੈਂ ਜਿਸ ਦਿਨ 26 ਨੂੰ ਅੰਦੋਲਨ ਹੋਇਆ ਮੈਂ ਦਿੱਲੀ ਤੋਂ ਹੀ ਆ ਰਿਹਾ ਸੀ ਮੈਂ ਰੁਕਿਆ ਸ਼ਾਮ ਤੱਕ ਰੁਕਿਆ ਉੱਥੇ ਤੇ ਫਿਰ ਅਸੀਂ ਆ ਗਏ ਸੀ ਪਰ ਸਾਡੇ ਵੀਰ ਗਏ ਨੇ ਹੁਣ ਅੱਗੇ ਵੀ ਸਾਡੀ ਪਲੈਨਿੰਗ ਚੱਲ ਰਹੀਆਂ ਨੇ ਜਾਣਾ ਹੈ ਅੱਗੇ ਫੇਰ ਹੁਣ ਪਟਿਆਲੇ ਤੋਂ ਸਾਡੇ ਬਾਰੇ ਸੈਸ਼ਨ ਦੇ ਜਿੰਨੇ ਵੀ ਮੈਂਬਰ ਸੀ ਗਏ ਨੇ। ਜੀ ਤੇ ਬਹੁਤ ਜਲਦੀ ਇੱਕ ਦੋ ਦਿਨ ਚ ਅਸੀਂ ਵੀ ਚਲੇ ਜਾਣਾ ਹੈਗਾ। ਔਰ ਸਿਟੀ ਲਾਈਵ ਚੈਨਲ ਦੇ ਜ਼ਰੀਏ ਅੰਤ ਦੇ ਵਿੱਚ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਸਿਟੀ ਲਾਈਵ ਚੈਨਲ ਦੇ ਜ਼ਰੀਏ ਮੈਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਨਾ ਚਾਹਨਾ ਜਿੰਨੇ ਵੀ ਕਿਸਾਨ ਵੀਰ ਨੇ ਕਿਸਾਨ ਆਗੂ ਨੇ ਜਥੇਬੰਦੀਆਂ ਦੇ ਕਿ ਆਪਣੇ ਹੱਕ ਨੇ ਡਟੇ ਰਹਿਣਾ ਆਪਾਂ ਲੈ ਕੇ ਹਟਣਾ ਜਿੰਨੀ ਸਾਡੀ ਵਕੀਲ ਭਾਈਚਾਰੇ ਦੀ ਸਪੋਰਟ ਹੈ ਤੁਹਾਡੇ ਨਾਲ ਜੁਡੀਸ਼ਰੀ ਦੇ ਵਿੱਚ ਕੋਈ ਹੈਲਪ ਉਹ ਅਸੀਂ ਬੈਠੇ ਹਾਂ ਕਿਸੇ ਵੀਰ ਨੇ ਇਹ ਨਹੀਂ ਸੋਚਣਾ ਕਿ ਉੱਥੇ ਗਏ ਸਾਡੇ ਤੇ ਇਹ ਪਰਚਾ ਹੋ ਗਿਆ ਹੋਰ ਹੋ ਗਿਆ ਮੇਰੀ ਦੁਆਰਾ ਇਹੀ ਬੇਨਤੀ ਹੈ ਮੈਨੂੰ ਅਪਰੋਚ ਕਰੋ ਕੋਈ ਥੋੜਾ ਬਿਨਾਂ ਕਿਸੇ ਕੋਸਟ ਤੋਂ ਜੋ ਵੀ ਕਾਰਵਾਈ ਹੋਗੀ ਉਹ ਮੈਂ ਕਰਵਾ ਕੇ ਦੇਵਾਂਗਾ ਸਿਟੀ ਲਾਈਵ ਵੱਲੋਂ ਕਿਸਾਨ ਵੀਰਾਂ ਨੂੰ ਇੱਕ ਸੁਨੇਹਾ ਅਸੀਂ ਵੀ ਦੇਣਾ ਚਾਹਾਂਗੇ ਅਮਨਦੀਪ ਖਹਿਰਾ ਹੀ ਨਹੀਂ ਤੁਹਾਡੇ ਨਾਲ ਇਸ ਵਕਤ ਪੂਰੇ ਪੰਜਾਬ ਦੇ ਜਿਹੜੇ ਐਡਵੋਕੇਟ ਨੇ ਤੁਹਾਡੇ ਨਾਲ ਹਮੇ ਪਾਰ ਰਹੇ ਨੇ ਔਰ ਹਲਕਾ ਨਬਦ ਦੇ ਕਿਸਾਨ ਵੀਰਾਂ ਨੂੰ ਦੱਸ ਦੇਣਾ ਚਾਹਾਂਗੇ ਕਿ ਪਟਿਆਲਾ ਦੇ ਵਿੱਚ ਕੋਰਟ ਦੇ ਵਿੱਚ ਤੁਸੀਂ ਅਮਨਦੀਪ ਖਹਿਰਾ ਨੂੰ ਮਿਲ ਸਕਦੇ ਹੋ ਤੁਹਾਡੇ ਨਾਲ ਇਸ ਸਮੇਂ ਦਿੱਲੀ ਦੇ ਵਿੱਚ ਕੋਈ ਵੀ ਧੱਕਾ ਹੋ ਰਿਹਾ ਹੋਵੇ ਜਾਂ ਪਰਚੇ ਹੋਏ ਹੋਣ ਤਾਂ ਨਾਬੇ ਦੇ ਕਿਸਾਨ ਵੀਰ ਅਮਨਦੀਪ ਖੈਰਾ ਐਡਵੋਕੇਟ ਨਾਲ ਸੰਪਰਕ ਕਰ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਕਿਸਾਨਾਂ ਦੇ ਨਾਲ ਕਾਨੂੰਨ ਜਦੋਂ ਮੋਢੇ ਨਾਲ ਮੋਢਾ ਲਾ ਕੇ ਖੜਾ ਹੋਵੇ ਤਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਿੱਲ ਵਾਪਸ ਲੈਂਦੇ ਨੇ ਜਾਂ ਬਿੱਲ ਵਿੱਚ ਸੋਧ ਕਰਦੇ ਨੇ ਸਿਟੀ ਲਾਈਵ ਤੋਂ ਮੈਂ ਅਨੂ ਸ਼ਰਮਾ ਕੈਮਰਾਮੈਨ ਗੁਰਪ੍ਰੀਤ ਸਿੰਘ ਢਿੱਲੋਂ